ਲੈਣ ਦੇ ਪੰਜਾਬ ਵਿੱਚ ਕਸ ਉਸ ਨੀਵੀਂ ਥਾਂ ਵਗਣ ਵਾਲੇ ਮੀਂਹ ਦੇ ਨਾਲੇ ਨੂੰ ਕਹਿੰਦੇ ਨੇ ਜੋ ਪਹਾੜਾਂ ਵਿੱਚੋਂ ਦੀ ਲੰਘ ਕੇ ਦਰਿਆ ਵਿੱਚ ਜਾ ਡਿੱਗਦਾ ਹੈ। ਸੰਸਕ੍ਰਿਤ ਵਿੱਚ ਵੀ ਇਹੋ ਜਿਹੇ ਬਰਸਾਤੀ ਨਾਲੇ ਨੂੰ ਕਸ ਹੀ ਆਖਿਆ ਜਾਂਦਾ ਹੈ। ਕਸ ਦਾ ਪਾਣੀ ਦਰਿਆਵਾਂ ਦੇ ਪਾਣੀ ਨਾਲੋਂ ਵੱਧ ਸਾਫ਼ ਅਤੇ ਚਿੱਟਾ ਹੁੰਦਾ ਹੈ। ਇਹਦੇ ਕੰਢਿਆਂ 'ਤੇ ਉੱਗਿਆ ਘਾਹ ਪੇਲੀਆਂ ਦੇ ਘਾਹ ਨਾਲੋਂ ਵਧੀਕ ਸਾਵਾ ਅਤੇ ਡੰਗਰਾਂ ਬੱਕਰੀਆਂ ਦਾ ਪਸੰਦੀਦਾ ਚਾਰਾ ਹੁੰਦਾ ਹੈ। ਹਾੜ੍ਹ ਸਾਵਣ ਅਤੇ ਭਾਦੋਂ ਦੇ ਮਹੀਨਿਆਂ ਵਿੱਚ ਵਸਣ ਵਾਲਾ ਮੀਂਹ ਉੱਚਿਆਂ ਪਹਾੜਾਂ ਤੋਂ ਵੱਗ ਕੇ ਇਕੱਠਾ ਹੁੰਦਾ ਹੈ ਅਤੇ ਫਿਰ ਇਹਨਾਂ ਕਸਾਂ ਵਿੱਚ ਰਲ ਕੇ ਸਿਆਲ ਦੇ 3-4 ਮਹੀਨਿਆਂ ਵਿੱਚ ਵੀ ਉਦੋਂ ਤੀਕਰ ਵਹਿੰਦਾ ਹੈ ਜਦੋਂ ਤੀਕਰ ਗਰਮੀਆਂ ਦੂਜੀ ਵਾਰ ਮੁੜ ਕੇ ਨਹੀਂ ਆ ਜਾਂਦੀਆਂ। ਛੜੇ ਕਸ ਹੀ ਨਹੀਂ, ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਨਾਲ ਭਰੇ ਨਿੱਕੇ ਨਿੱਕੇ ਨਾਲੇ ਵੀ ਵਹਿੰਦੇ ਨੇ ਜਿਨ੍ਹਾਂ ਨੂੰ ਕਸੀਆਂ ਆਖਿਆ ਜਾਂਦਾ ਹੈ। ਲਹਿੰਦੇ ਪੰਜਾਬ ਦੇ ਪੱਧਰੇ ਇਲਾਕਿਆਂ ਤੋਂ ਬਾਰਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਵੀ ਕਸ ਅਤੇ ਕਸੀਆਂ ਆਉਂਦੇ ਨੇ, ਪਰ ਖਾਸ ਕਰਕੇ ਜੇਹਲਮ, ਪਿੰਡੀ, ਅਟਕ, ਚਕਵਾਲ, ਸਰਗੋਧਾ, ਮੀਆਂਵਾਲੀ ਅਤੇ ਪੁਠੋਹਾਰ ਦੇ ਇਲਾਕਿਆਂ ਤੋਂ ਅੱਡ ਕਸ਼ਮੀਰ ਵਿੱਚ ਥਾਂ ਥਾਂ ਕਸ ਅਤੇ ਕਸੀਆਂ ਵੇਖੇ ਜਾ ਸਕਦੇ ਨੇ। ਕਸਾਂ ਵਿੱਚ ਵਹਿਣ ਵਾਲਾ ਪਾਣੀ ਕਿਤੇ ਡੂੰਘਾ ਅਤੇ ਕਿਤੇ ਪੇਤਲਾ ਹੋ ਕੇ ਲੰਘਦਾ ਹੈ ਅਤੇ ਕਿਤੇ ਕਿਤੇ ਇਹ ਛੋਟੀਆਂ ਨਾਲੀਆਂ ਵਾਂਗਰ ਵੀ ਵਹਿੰਦਾ ਨਜ਼ਰ ਆਉਂਦਾ ਹੈ। ਕਸਾਂ ਅਤੇ ਕਸੀਆਂ ਦੇ ਕੰਢਿਆਂ 'ਤੇ ਮੱਝਾਂ, ਗਾਵਾਂ ਅਤੇ ਪਖੇਰੂਆਂ ਨੂੰ ਤਾਂ ਅਸੀਂ ਵੇਖ ਸਕਦੇ ਹਾਂ, ਪਰ ਇਹਦੇ ਵਿੱਚ 3-4 ਮਹੀਨਿਆਂ ਤੀਕਰ ਰੁਕੇ ਹੋਏ ਪਾਣੀ ਦੇ ਵਿੱਚ ਕਿਤੇ ਕਿਤੇ ਮੱਛੀਆਂ ਅਤੇ ਡੱਡੂ ਵੀ ਨਜ਼ਰ ਆ ਜਾਂਦੇ ਨੇ ਜੋ ਵੇਲੇ ਦੇ ਨਾਲ ਨਾਲ ਮੁੱਕ ਜਾਂਦੇ ਨੇ ਜਾਂ ਪਾਣੀ ਸੁੱਕਣ ਮਗਰੋਂ ਪਖੇਰੂਆਂ ਦੀ ਚੋਗ ਬਣ ਜਾਂਦੇ ਨੇ। ਲਹਿੰਦੇ ਪੰਜਾਬ ਵਿੱਚ ਕਸ ਅਤੇ ਕਸੀਆਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਅਣਮੁੱਲੀ ਥਾਂ ਰੱਖਦੇ ਨੇ। ਸ਼ਾਇਦ ਇਸੇ ਗੱਲ ਨੂੰ ਵੇਖਦਿਆਂ ਪੰਜਾਬੀ ਸਾਹਿਤ ਦੇ ਇੱਕ ਸਿਰ ਕੱਢਵੇਂ ਨਾਂ ਅਤੇ ਕਹਾਣੀਕਾਰ ਪਰਵੀਨ ਮਲਿਕ ਨੇ ਆਪਣੀ ਸੁਜੀਵਨੀ ਦਾ ਨਾਮ ਵੀ ਕਸੀਆਂ ਦਾ ਪਾਣੀ ਰੱਖਿਆ ਹੈ। ਇਸ ਕਿਤਾਬ ਨੂੰ ਸਾਹਿਤਕ ਕਬੀਲੇ ਵਿੱਚ ਬੜੀ ਮਾਨਤਾ ਮਿਲੀ ਹੈ ਅਤੇ ਇਹ ਆਪਣੇ ਢੰਗ ਦੀ ਇੱਕ ਨਿਵੇਕਲੀ ਕਿਤਾਬ ਹੈ। ਕਸਾਂ ਵਿੱਚ ਭਾਦੋਂ ਅਤੇ ਉਹਦੇ ਮਗਰੋਂ ਆਉਣ ਵਾਲੇ ਮਹੀਨਿਆਂ ਵਿੱਚ ਉੱਗਣ ਵਾਲੀ ਜੰਗਲੀ ਬੂਟੀਆਂ ਅਤੇ ਰੰਗ ਬਿਰੰਗੇ ਫੁੱਲ ਵੀ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਨੇ ਅਤੇ ਪਾਣੀ ਦੇ ਢਾਹ 'ਤੇ ਉੱਡਣ ਵਾਲੇ ਪਖੇਰੂ ਉੱਚੀਆਂ ਉੱਚੀਆਂ ਪਹਾੜੀਆਂ ਨਾਲ ਉੱਡਦੇ ਅਜਿਹਾ ਲੈਂਡਸਕੇਪ ਸਾਹਮਣੇ ਲਿਆਉਂਦੇ ਨੇ ਜੋ ਦਿਲ ਨੂੰ ਮੋਹ ਲੈਂਦਾ ਹੈ। ਕਸਾਂ ਵਿੱਚ ਵਹਿੰਦੇ ਪਾਣੀ ਦੀ ਆਵਾਜ਼, ਪਹਾੜੀਆਂ ਅਤੇ ਨਾਲ ਦੇ ਚੁੱਪ ਚੁੱਪੀ ਅਤੇ ਮਾਹੌਲ ਵਿੱਚ ਜਦੋਂ ਮੌਸੀਕੀ ਦੇ ਸੁਰਾਂ ਵਾਂਗੂ ਕੰਨਾਂ ਵਿੱਚ ਪੈਂਦੀ ਹੈ ਤਾਂ ਇੰਝ ਜਾਪਦਾ ਹੈ ਕਿ ਅਸੀਂ ਕੁਦਰਤ ਦੀ ਝੋਲੀ ਵਿੱਚ ਵੜ ਕੇ ਠੱਡੀ ਵਾਹ ਦੀਆਂ ਲੋਰੀਆਂ ਸੁਣ ਰਹੇ ਹੋਵਾਂ। ਗੱਲ ਤੁਰੀ ਸੀ ਕਸ ਦੇ ਅੱਖਰ ਤੋਂ ਜੋ ਲਹਿੰਦੇ ਪੰਜਾਬ ਵਿੱਚ ਵਧੀਕ ਵਰਤਿਆ ਜਾਂਦਾ ਹੈ ਅਤੇ ਹਜ਼ਾਰਾਂ ਵਰ੍ਹੇ ਪੁਰਾਣੀ ਬੋਲੀ ਸੰਸਕ੍ਰਿਤ ਜ਼ਬਾਨ ਵਿੱਚ ਵੀ ਇਹਨੂੰ ਕਸ ਹੀ ਆਖਿਆ ਜਾਂਦਾ ਹੈ। ਇਸ ਤੋਂ ਇਹ ਗੱਲ ਵੀ ਸਾਡੇ ਸਾਹਮਣੇ ਆਉਂਦੀ ਹੈ ਕਿ ਲਹਿੰਦੇ ਪੰਜਾਬ ਵਿੱਚ ਬੋਲੇ ਜਾਣ ਵਾਲੇ ਬਹੁਤ ਸਾਰੇ ਅੱਖਰ ਸੰਸਕ੍ਰਿਤ ਅਤੇ ਪਾਲੀ ਜ਼ਬਾਨ ਦੇ ਦੌਰ ਤੋਂ ਇੱਕ ਦੂਜੇ ਨਾਲ ਰਲ ਕੇ ਪੈਂਡਾ ਕਰਦੇ ਹੋਏ ਸਾਡੇ ਤੀਕਰ ਅਪੜੇ ਨੇ, ਜਾਂ ਸਾਡੀ ਬੋਲੀ ਇਹਨਾਂ ਦੋਹਾਂ ਬੋਲੀਆਂ ਨਾਲੋਂ ਵੀ ਪੁਰਾਣੀ ਹੈ। ਪੰਜਾਬੀ ਵਿੱਚ ਕਸ ਦੇ ਹੋਰ ਵੀ ਬਹੁਤ ਸਾਰੇ ਮਤਲਬ ਸਾਹਮਣੇ ਆਉਂਦੇ ਨੇ। ਪਹਿਲਾ ਮਤਲਬ ਤਾਂ ਇਹ ਹੈ ਕਿ ਲਹਿੰਦੇ ਪੰਜਾਬ ਵਿੱਚ ਬੁਖਾਰ ਅਤੇ ਤਾਪ ਦੀ ਥਾਂ ਵੀ ਕਸ ਦਾ ਅੱਖਰ ਹੀ ਵਰਤਿਆ ਜਾਂਦਾ ਹੈ। ਕਸ ਕਿੱਕਰ ਦੇ ਰੁੱਖ ਨਾਲੋਂ ਖਿੱਚ ਕੇ ਲਾਈ ਗਈ ਛਿੱਲ ਨੂੰ ਵੀ ਆਖਦੇ ਨੇ। ਸੋਨੇ ਅਤੇ ਚਾਂਦੀ ਦੇ ਜ਼ੇਵਰਾਂ ਨੂੰ ਜਦੋਂ ਕਸਵੱਟੀ 'ਤੇ ਪਰਖਿਆ ਜਾਂਦਾ ਹੈ ਤਾਂ ਟੂਮਾਂ ਦੀ ਰਗੜ ਨਾਲ ਵੱਟੀ ਉੱਤੇ ਇੱਕ ਲਕੀਰ ਪੈ ਜਾਂਦੀ ਹੈ, ਉਹਨੂੰ ਵੀ ਕਸ ਕਹਿੰਦੇ ਨੇ। ਜੇ ਪਿੱਤਲ ਦੇ ਭਾਂਡੇ ਵਿੱਚ ਰੱਖੀ ਕੋਈ ਖਾਣ ਪੀਣ ਦੀ ਸ਼ੈ 1-2 ਦਿਨ ਮਗਰੋਂ ਖਰਾਬ ਹੋ ਜਾਏ ਤਾਂ ਉਹਦੇ ਲਈ ਵੀ ਕਸ ਲੱਗ ਗਈ ਹੈ ਆਖ ਕੇ ਕਸ ਦਾ ਅੱਖਰ ਵਰਤਿਆ ਜਾਂਦਾ ਹੈ।